ਸਾਸਰੀ ਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਤੂਫਾਂਗ ਮੂਵੀ ਦੀ ओटीटी ਦੇ ਬਾਰੇ ਗੱਲ ਕਰਾਂਗੇ ਕੰਪਲਿਟਲੀ ਰਿਲੀਟਡ ਬਾਰੇ ਦੱਸਾਂਗੇ ਪਲੀਜ਼ ਵੀਡੀਓ ਨੂੰ ਪੂਰਾ ਵੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਗੱਲ ਕਰੀਏ ਤੂਫਾਂਗ ਮੂਵੀ ਦੀ 1 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ ਇਸ ਮੂਵੀ ਦੇ ਵਿੱਚ ਗੋਰੀ ਲੁਖਸਾ ਢੱਲੋਂ ਜਗਜੀਤ ਸੰਧੂ ਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਸੀ ਇਸ ਮੂਵੀ ਨੂੰ ਸਿਨੇਮਾ ਘਰਾਂ ਵਿੱਚ ਬਹੁਤ ਲੋਕ ਪਸੰਦ ਕੀਤਾ ਸੀ ਤੇ ਇਸ ਮੂਵੀ ਦੀ ਕਹਾਣੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਵੀ ਕੀਤੀ ਸੀ ਤੇ ਸਿਨੇਮਾ ਘਰਾਂ ਵਿੱਚ ਵਧੀਆ ਕਾਰੋਬਾਰ ਕਰਨ ਤੋਂ ਬਾਅਦਾਂ ਇਹ ਮੂਵੀ ਹੁਣ ਓਟੀਟੀ ਤੇ ਉਹਨੂੰ ਤਿਆਰ ਹੈ ਤੇ ਤੁਸੀਂ ਜਾਣਦੇ ਹੋ ਕਿ ਚੋਪਾਲ ਵਾਲੇ ਇਸ ਮੂਵੀ ਦੀ ਦੋ ਹਫ਼ਤਿਆਂ ਤੋਂ ਕਮਿੰਗ ਸੂਨ ਦੀ ਐਡ ਚਲਾ ਰਹੇ ਨੇ ਤੇ ਚੋਪਾਲ ਨੇ ਹੁਣ ਇਸ ਮੂਵੀ ਦੀ ਰੀਲੀਜ਼ ਡੇਟ ਕਨਫਰਮ ਕਰਤੀ ਹੈ ਜੀ ਹਾਂ ਇਹ ਮੂਵੀ ਸਾਨੂੰ ਅਗਲੇ ਮਹੀਨੇ ਚੋਪਾਲ ਤੇ ਦੇਖਣ ਨੂੰ ਮਿਲੂਗੀ 12 ਅਕਤੂਬਰ ਨੂੰ ਜੀ ਹਾਂ 12 ਅਕਤੂਬਰ ਨੂੰ ਜਿਹਨੇ 11:00 ਵਜੇ ਇਹ ਮੂਵੀ ਚਪਾਲ ਤੇ ਸਟ੍ਰੀਮਿੰਗ ਕਰਦੀ ਜਾਊਗੀ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਜੋ ਵੀ ਨਵੀਂ ਅਪਡੇਟ ਹੋਏਗੀ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ ਧੰਨਵਾਦ